ਇਹਨੂੰ ਜੇ ਮੂੰਹ ਦਾ ਜਲਾਬ ਹੋਇਆ ਤੇ ਪਰ ਇਹਨੂੰ ਜੇ ਮੂੰਹ ਦਾ ਜਲਾਬ ਹੋਇਆ ਤੇ ਮੈਂ ਤੇ ਕੁਝ ਨਹੀਂ ਕਰ ਸਕਦਾ ਨਾ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਸ਼ਬਦੀ ਹਮਲਾ ਕਰਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਵੱਡੇ ਹਮਲੇ ਕੀਤੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਕਲੰਕ ਤੱਕ ਕਹਿ ਦਿੱਤਾ। ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੂੰਹ ਦਾ ਜੁਲਾਬ ਹੋਣ ਦੀ ਗੱਲ ਵੀ ਕਹੀ। 2 ਲੱਖ ਦੇ ਉੱਤੇ ਜਿਵੇਂ ਬਿੱਲਾ ਛੱਪੜੀ ਚੋਂ ਨਾ ਕੇ ਨਿਕਲੇ ਹੁੰਦੇ ਉਦੋਂ ਨਿਕਲੇ ਉੱਥੋਂ, ਔਰ ਇਹ ਬੀਜੇਪੀ ਦੀ ਸੀਟ ਸੀ, ਅਕਾਲੀ ਬੀਜੇਪੀ ਦੀ 70 ਸੀਟਾਂ ਦਿੱਤੀਆਂ ਲੋਕਾਂ ਨੇ, ਹੋਰ ਉਹ ਇਦੋਂ ਵੱਧ ਕੀ ਦੇਣਾ। ਗੁਰਦਾਸਪੁਰ ਛੱਡੋ ਤੁਸੀਂ, ਪੰਜਾਬ ਦੇ ਵਿੱਚ ਕਦੇ ਅਕਾਲੀ ਦਲ ਦੀਆਂ 15 ਸੀਟਾਂ ਆਈਆਂ ਸੀ ਇਹ ਜੀਜੇ ਸਾਲੇ ਕਰਕੇ ਸਾਰਾ, ਇਹ ਕਲੰਕ ਹੈ। ਔਰ ਕਦੇ ਕਿਸੇ ਨੇ ਚਿੱਟੇ ਵੇਚੇ ਸੀ? ਕਦੇ ਅੱਜ ਤੱਕ ਤੁਸੀਂ ਦੇਖਿਆ, ਕਦੇ ਸੁਣਿਆ, ਕਦੇ ਅੱਜ ਤੱਕ ਕਿ ਅਕਾਲੀ ਦਲ 15 ਸੀਟਾਂ ਦੇ ਉੱਤੇ ਹੋਵੇ ਔਰ ਲੀਡਰ ਆਫ ਦੀ ਆਪੋਜੀਸ਼ਨ ਜਿਹੜਾ ਆਮ ਆਦਮੀ ਪਾਰਟੀ ਦਾ ਹੋਵੇ? ਹੈਵ ਯੂ ਐਵਰ ਹਰਡ ਆਫ ਇਟ? ਇੱਕ ਮਿੰਟ ਮੇਰੀ ਗੱਲ ਨੂੰ ਸੁਣੋ। ਸੀ, ਇਟ ਇਜ਼ ਦ ਟ੍ਰੀ ਵਿਚ ਇਜ਼ ਲੇਡਨ ਵਿਦ ਫਰੂਟ ਵਿਚ ਇਜ਼ ਪੈਲਟਡ ਵਿਦ ਸਟੋਨਸ। ਕੋਈ ਨਿੰਮ ਦੇ ਪੇੜ ਦੇ ਰੋੜਾ ਮਾਰਦਾ? ਕਿਉਂਕਿ ਮੈਂ ਇਹਨੂੰ ਭਜਾਉਣਾ, ਕਿਉਂਕਿ ਮੈਂ ਤੋਂ ਐਸੇ ਸਵਾਲ ਕਰਦਾ ਜਿਹਦਾ ਇਹਦੇ ਕੋਲ ਕੋਈ ਜਵਾਬ ਨਹੀਂ। ਇਹ ਇੱਕ ਵਾਰ ਇਲੈਕਸ਼ਨ ਜਿੱਤਿਆ, ਇਹਦੀ ਭੈਣ ਰੁਸ ਕੇ ਭੱਜ ਗਈ, ਇਹਨੂੰ ਮੰਤਰੀ ਬਣਾਓ ਮੇਰੇ ਭਾਈ ਨੂੰ, ਪਿਆਰੇ ਭਾਈ ਨੂੰ। ਅਤੇ ਕਿਉਂ ਬ੍ਰਹਮਪੁਰਾ ਸਾਹਿਬ 4 ਵਾਰ ਜਿੱਤੇ ਹੋਏ, ਗੁਰਦੇਵ ਬਾਦਲ 4 ਵਾਰ ਜਿੱਤਿਆ ਹੋਇਆ, ਹੈਂ, ਡਾਕਟਰ ਰਤਨ ਸਿੰਘ ਅਜਨਾਲਾ 3 ਵਾਰ ਜਿੱਤਿਆ ਹੋਇਆ, ਉਹ ਠੀਕ ਨਹੀਂ ਸੀਗੇ? ਇਹਦੀ ਕੁਆਲੀਫਿਕੇਸ਼ਨ ਕੀ ਹੈ? ਇਹਦੀ ਕੁਆਲੀਫਿਕੇਸ਼ਨ ਹੈ ਸਾਲਾ। ਸਾਡੀ ਕੁਆਲੀਫਿਕੇਸ਼ਨ ਅਗਰ ਪੁੱਛੋ ਨਾ, ਅਸੀਂ 20 ਸਾਲ ਇੰਡੀਆ ਲਈ ਖੇਡੇ, ਰਾਈਟ, 25 ਸਾਲ ਟੈਲੀਵਿਜ਼ਨ 'ਤੇ ਰਾਜ ਕੀਤਾ, ਅਗਲੇ ਦਿਨ ਨਹੀਂ ਰਹਿ ਸਕਦੇ ਤੁਸੀਂ ਇਫ ਯੂ ਆਰ ਨੋਟ ਗੁੱਡ ਇਨਫ, ਰਾਈਟ। 4 ਵਾਰ MP ਬਣੇ, 2 MLA ਦੇ ਇਲੈਕਸ਼ਨ ਜਿੱਤੇ, 42,000 'ਤੇ ਜਿੱਤੇ ਐਤਕੀ, ਰਾਈਟ। ਇਹ ਲੋਕਾਂ ਨੇ ਜਿਤਾਇਆ, ਔਰ ਇਹ ਲੋਕ ਜਿਤਾਉਂਦੇ ਆ, ਔਰ ਇਹੀ ਲੋਕਾਂ ਨੇ ਇਹਨਾਂ ਨੂੰ ਠੋਕਿਆ। ਇਹ ਲੋਕਾਂ ਨੂੰ ਜਵਾਬ ਦੇਣ, ਮੈਨੂੰ ਕਾਹਦਾ ਜਵਾਬ ਦਿੰਦੇ ਆ? ਔਰ ਇਹਨੂੰ ਜੇ ਮੂੰਹ ਦਾ ਜਲਾਬ ਹੋਇਆ ਤਾਂ ਮੈਂ ਤਾਂ ਕੁਛ ਨਹੀਂ ਕਰ ਸਕਦਾ ਨਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਮ।